ਨਾਭਾ ਬਲੋਕ ਦੇ ਪਿੰਡ ਵਜੀਦਪੁਰ, ਇਸ ਪਿੰਡ ਦੇ ਨਾਲ ਕਾਫੀ ਵੱਡਾ ਇਤਿਹਾਸ ਜੁੜਿਆ ਹੋਇਆ, ਕਿਉਂਕਿ ਕਿਸ ਸਮੇਂ ਵਜੀਦੇ ਖਾਂ ਵੱਲੋਂ ਸ਼ਹਿਰ ਵਜੀਦਾਬਾਦ ਵਸਾਇਆ ਗਿਆ ਸੀ ਅਤੇ ਹੁਣ ਇਸ ਪਿੰਡ ਦਾ ਨਾਂ ਬਦਲ ਕੇ ਵਜੀਦਪੁਰ ਰੱਖ ਦਿੱਤਾ ਗਿਆ। ਵਜੀਦੇ ਖਾਂ ਦੀ ਹਕੂਮਤ ਸਮੇਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਦੇ ਸੂਬੇਦਾਰ ਵਜੀਦੇ ਖਾਨ ਦੇ ਹੁਕਮ 'ਤੇ ਫਤਿਹਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਗਿਆ ਸੀ। ਉਸ ਵਕਤ ਗੁਰੂ ਸਾਹਿਬ ਨੇ ਵਜੀਦੇ ਖਾਨ ਨੂੰ ਸ਼ਰਾਪ ਦਿੱਤਾ ਸੀ ਕਿ ਤੇਰਾ ਸ਼ਹਿਰ ਗਰਕ ਹੋ ਜਾਵੇ, ਉਹ ਕਦੇ ਵੀ ਅੱਗੇ ਨਹੀਂ ਵਧੇਗਾ, ਅਤੇ ਸਾਰਾ ਸ਼ਹਿਰ ਉਸ ਸਮੇਂ ਗਰਕ ਹੋ ਗਿਆ ਅਤੇ ਅੱਜ ਵੀ ਜਦੋਂ ਕੋਈ ਘਰ ਦੀਆਂ ਨੀਹਾਂ ਪੁੱਟਦਾ ਹੈ ਤਾਂ ਉਸ ਵਿੱਚੋਂ ਪੁਰਾਣੀ ਸਰਹੰਦੀ ਇੱਟ ਦੀ ਰੋੜੀ ਨਿਕਲਦੀ ਹੈ। ਪਿੰਡ ਵਿੱਚ ਸਿਰਫ ਇੱਕ ਹੀ ਚੀਜ਼ ਬਚੀ ਹੈ, ਜੋ ਕਿ 3 ਗੁੰਮਸ਼ਾ ਵਾਲੀ ਮਸਜਿਦ। ਪਰ ਹੁਣ ਇਸ ਮਸਜਿਦ ਵਿੱਚ ਵੀ ਮੁੱਦਤਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਲੋਕਾਂ ਦੀਆਂ ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਇਸ ਇਤਿਹਾਸ ਨੂੰ ਸੰਭਾਲ ਲਵੇ। ਜੀ ਹਾਂ, ਅੱਜ ਅਸੀਂ ਤੁਹਾਨੂੰ ਇਹ ਤਸਵੀਰਾਂ ਪਿੰਡ ਦੀਆਂ ਵਿਖਾ ਰਹੇ ਹਾਂ। ਪਿੰਡ ਵਜੀਦਪੁਰ, ਜੋ ਕਿ ਨਾਭਾ ਹਲਕੇ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਪਿੰਡ ਵਿੱਚ 3 ਗੁਪਸ਼ਾ ਵਾਲੀ ਮਸਜਿਦ ਹੈ। ਉਸ ਸਮੇਂ ਵਿੱਚ ਵਜੀਦੇ ਖਾਂ ਨੇ ਸਰਹੰਦ ਤੋਂ ਲੈ ਕੇ ਵਜੀਦਪੁਰ ਤੱਕ ਸਰਹੰਦੀ ਇੱਟਾਂ ਦੇ ਨਾਲ 3 ਗੁੰਮਸ਼ਾ ਵਾਲੀ ਮਸਜਿਦ ਨੂੰ ਬਣਵਾਇਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਮਸਜਿਦ ਬਣਵਾਈ ਗਈ ਤਾਂ ਵਜੀਦਪੁਰ ਤੋਂ ਲੈ ਕੇ ਸਰਹੰਦ ਤੱਕ 40 ਕਿਲੋਮੀਟਰ ਦੇ ਰਾਸਤੇ ਵਿੱਚ ਕਿਸੇ ਨੂੰ ਵੀ ਹੁਕਮ ਨਹੀਂ ਸੀ ਦਿੱਤਾ ਕਿ ਉਹ ਸਰਹੰਦੀ ਇੱਟ ਨੀਚੇ ਜ਼ਮੀਨ 'ਤੇ ਰੱਖ ਦੇਵੇ। ਇੱਕ ਵੱਡੇ ਕਾਫਲੇ ਦੀ 40 ਕਿਲੋਮੀਟਰ ਦੀ ਲਾਈਨ ਬਣਾ ਕੇ ਵਜੀਦੇ ਖਾਂ ਨੇ ਇੱਥੇ ਮਸਜਿਦ ਬਣਵਾਈ। ਪਿੰਡ ਵਾਸੀਆਂ ਵੱਲੋਂ ਸਮੇਂ ਸਮੇਂ 'ਤੇ ਮਸਜਿਦ ਦੀ ਸੰਭਾਲ ਕੀਤੀ ਗਈ ਅਤੇ ਉਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਿਛਲੇ ਲੰਮੇ ਸਮੇਂ ਤੋਂ ਕਰਵਾਇਆ ਗਿਆ। ਜਦੋਂ ਕੋਈ ਵੀ ਵਿਅਕਤੀ ਨਵਾਂ ਘਰ ਪਾਉਂਦਾ ਹੈ ਤਾਂ ਉਸਨੂੰ ਇੱਟਾਂ ਦੀ ਰੋੜੀ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਰੋੜੀ ਧਰਤੀ ਦੇ ਵਿੱਚੋਂ ਇੰਨੀ ਨਿਕਲਦੀ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਜੀਦੇ ਖਾਂ ਨੂੰ ਸ਼ਰਾਪ ਦਿੱਤਾ ਗਿਆ ਸੀ ਕਿ ਤੇਰਾ ਸ਼ਹਿਰ ਗਰਕ ਹੋ ਜਾਵੇ। ਉਹ ਘਰ ਅੱਜ ਵੀ ਨੀਵੇਂ ਦਫਨ ਹਨ ਅਤੇ ਵੱਡੀ ਮਾਤਰਾ ਵਿੱਚ ਧਰਤੀ 'ਤੇ ਰੋੜੀ ਨਿਕਲਦੀ ਹੈ। ਇਸ ਮੌਕੇ ਪਿੰਡ ਵਾਲਿਆਂ ਨੇ ਹੋਰ ਕੀ ਕੁਝ ਦੱਸਿਆ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਸਾਰਿਆਂ ਨਾਲੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਪਿੰਡ ਦਾ ਇਤਿਹਾਸ ਇਹ ਹੈ ਜੀ, ਇਹ ਵਜੀਦੇ ਖਾਂ ਜੋ ਸੂਬਾ ਸਰਹੰਦ ਕਹਿ ਦਿੰਦੇ ਨੇ, ਜਿਹਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾਇਆ ਸੀ, ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਜੀ, ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਵਜੀਦਿਆ ਤੇਰਾ ਸ਼ਹਿਰ ਗਰਕ ਹੋ ਜੂਗਾ, ਨਾ ਇਹ ਵਧੂਗਾ ਨਾ ਘਟੂਗਾ। ਇਹ ਇੱਥੇ ਜੇ 4 ਘਰ ਚਲੇ ਜਾਂਦੇ ਨੇ ਤਾਂ 2 ਘਰ ਆਉਂਦੇ ਨੇ, ਅਤੇ ਉਸਦਾ ਆਪਦਾ ਬਣਾਇਆ ਹੋਇਆ ਕਿਲ੍ਹਾ ਵੀ ਦੀ ਇੱਥੇ ਜੀ ਸਾਡੇ ਪਿੰਡ, ਅੱਜ ਵੀ ਕਿਲ੍ਹੇ ਵਾਲੇ ਵੱਜਦੇ ਨੇ। ਇਸ ਸ਼ਹਿਰ ਦੇ 4 ਦਰਵਾਜ਼ੇ ਸੀ, ਸਾਡੇ ਬਜ਼ੁਰਗ ਦੱਸਦੇ ਸੀ, 4 ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਅਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ, ਸਵੇਰੇ ਗੇਟ ਖੋਲ੍ਹਦੇ ਸੀ, ਸਵੇਰੇ ਸੰਗਤ ਬਾਹਰ ਜਾ ਸਕਦੀ ਸੀ। ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਊਗੀ, ਜਿੱਥੋਂ ਮਰਜ਼ੀ ਪੱਟ ਲਓ ਇੰਨੀ ਰੋੜੀ ਨਿਕਲਦੀ ਹੈ ਜੀ। ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ, ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੀ ਜਗ੍ਹਾ ਦੇ ਥੋਂ ਪੱਟਿਆ ਤਾਂ ਉੱਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਭਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ, ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸਿੱਟ ਕੇ ਆਏ ਹਾਂ ਜਿੱਥੋਂ ਭਰ ਭਰ ਕੇ। ਇਹ ਮਸੀਤ ਉਹਦੀ ਬਣਾਈ ਹੋਈ ਸੀ ਜੀ, ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ, ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜਾ ਕੇ ਜੀ, ਅਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ। ਜਦੋਂ ਸਾਡੇ ਬਜ਼ੁਰਗ 47 ਦੇ ਵਿੱਚ ਹੱਲੇ ਪਏ ਨੇ, ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਹਾਰਾਜ ਪ੍ਰਕਾਸ਼ ਕਰਿਆ, ਜਿੱਥੇ ਨੇੜੇ ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਜੀ।
ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ। ਚਲੋ ਪਹਿਲਾਂ ਵੀ ਉਹ ਨਮਾਜ਼ ਅਦਾ ਕਰਦੇ ਸੀ, ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ, ਵੀ ਅੱਜ ਜੇ ਕੋਈ ਵੀ ਕੋਈ ਮਨੋਕਾਮਨਾ ਲੈ ਕੇ ਹੋਵੇ ਇੱਥੇ ਪੂਰੀਆਂ ਹੁੰਦੀਆਂ ਨੇ ਜੀ। ਦਸਵੀਂ ਨੂੰ ਇੱਥੇ ਮਨਾਉਂਦੇ ਹਾਂ ਅਸੀਂ, ਦਸਵੀਂ ਨੂੰ ਭਰੀ ਜਾਂਦੀ ਆ, ਕਈਆਂ ਦੀ ਕਿਰਪਾ ਵੀ ਹੋਈਆਂ ਨੇ ਮਾਲਕ ਦੀਆਂ ਜੋ ਕਿ ਮਨੋਕਾਮਨਾ ਲੈ ਕੇ ਆਉਂਦੇ ਨੇ ਜੀ। ਅਤੇ ਸਾਡੇ ਬਜ਼ੁਰਗ ਮੇਰੇ ਬਾਪੂ ਜੀ ਸਰਦਾਰ ਨੌਨਿਆਲ ਸਿੰਘ, ਉਹ ਇੱਥੇ ਸੇਵਾ ਕਰਦੇ ਹੁੰਦੇ ਸੀ, ਉਹਨਾਂ ਨੇ ਪਿੰਡਾਂ ਦੇ ਵਿੱਚੋਂ ਇਕੱਠੇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ। ਸਾਡੀ ਤਾਂ ਇਹੀ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ, ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਗੌਰ ਕਰਨ, ਵੀ ਇਤਿਹਾਸ ਨੂੰ ਜਾਇਆ ਜਾਵੇ ਅਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਚੀਜ਼। ਇਹ ਤਿੰਨ ਗੁੰਮਟਾਂ ਦੀ ਮਸੀਤ ਇੱਕੋ ਹੀ ਸੀ ਜੀ, ਉਹ ਸਾਰਿਆਂ ਨਾਲੋਂ ਵੱਡਾ ਰਾਜਾ ਸੀ ਸੂਬਾ ਸਰਹੰਦ ਜਿਹੜਾ ਸੀ, ਉਹਨੇ ਇੱਕੋ ਹੀ ਮਸੀਤ ਬਣਾਈ ਸੀ ਜੀ ਆਪਣੇ। ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁੰਮਟਾਂ ਵਾਲੀ ਮਸੀਤ, ਆਮ ਇੱਕ ਗੁੰਮਟਾਂ ਵਾਲੀ ਮਸਜਿਦ ਕਈ ਜਗ੍ਹਾ 'ਤੇ ਬਣੀਆਂ ਹੁੰਦੀਆਂ ਨੇ, ਇਹ ਤਿੰਨ ਗੁੰਮਟਾਂ ਵਾਲੀ ਸਿਰਫ ਇੱਕੋ ਹੀ ਬਣੀ ਹੋਈ ਆ ਜੀ ਇਹ, ਅਤੇ ਉਹਨੇ ਹੋਰ ਕੋਈ ਮਸਜਿਦ ਨਹੀਂ ਬਣਾਈ ਹੈਗੀ, ਇਹ ਵੱਡੀ ਮਸਜਿਦ ਇੱਕੋ ਹੀ ਆ ਜੀ ਇਹ। ਗੁਰੂ ਸਾਹਿਬ ਨਹੀਂ ਜੀ ਆਏ ਜੀ, ਉਹਨਾਂ ਦੇ ਬਚਨ ਹੋਏ ਸੀ ਵੀ ਤੇਰਾ ਸ਼ਹਿਰ ਬਚਾਇਆ ਹੋਇਆ ਗਰਕ ਹੋਊਗਾ, ਗਰਕ ਹੋਇਆ ਵੀ ਹੋਇਆ ਜੀ, ਜਿੱਥੋਂ ਮਰਜ਼ੀ ਆਪਾਂ ਪੱਟ ਸਕਦੇ ਹਾਂ ਇੱਟਾਂ ਇੱਟਾਂ ਨਿਕਲਦੀਆਂ ਨੇ ਜੀ। ਖੁਦ ਸਾਡੇ ਬਜ਼ੁਰਗ ਮੇਰੇ ਪਿਤਾ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ, ਉਹਨਾਂ 'ਤੇ ਇੰਨੀ ਬਖਸ਼ਿਸ਼ ਹੋ ਗਈ ਅਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੱਕ ਹਫ਼ਤਾ ਪਹਿਲਾਂ ਦੱਸਤਾ ਵੀ ਮੈਨੂੰ ਮਹਾਰਾਜ ਲੈਣ ਆਏ ਨੇ, ਸਾਰਾ ਕੁਛ ਆਪ ਦੱਸ ਕੇ ਕਰਾ ਕੇ ਗਏ ਨੇ ਵੀ ਮੇਰਾ ਫਲਾਣੇ ਦਸਵੀਂ ਤੋਂ ਮੈਂ ਪਹਿਲਾਂ ਪਹਿਲਾਂ ਚਲੇ ਜਾਣਾ, ਸਾਰੀ ਸੰਗਤ ਨੂੰ ਮਿਲ ਕੇ ਆਏ ਨੇ ਵੀ ਮੇਰਾ ਸੰਸਕਾਰ ਕਰਿਓ, ਗੁਰੂ ਘਰ ਮੈਨੂੰ ਮੱਥਾ ਟਿਕਾ ਕੇ ਲੈ ਕੇ ਜਾਇਓ ਜੀ, ਵੀ ਕੋਈ ਜ਼ਿਆਦਾ ਉਹ ਨਹੀਂ ਕਰਨਾ ਹੈਗਾ ਜੀ ਰੀਤੀ ਰਿਵਾਜ਼ ਜੀ। ਤੁਸੀਂ ਕਿੰਨੇ ਟਾਈਮ ਤੋਂ ਸਾਂਭ ਸੰਭਾਲ ਕਰਦੇ ਹੋ ਇਸ ਚੀਜ਼ ਦੀ? ਇਸ ਤੋਂ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ, ਹੁਣ ਅਸੀਂ ਕਰਦੇ ਹਾਂ ਜੀ ਸੇਵਾ ਸੰਭਾਲ ਜਿੰਨੀ ਕੁ ਹੁੰਦੀ ਆ ਜੀ। ਕਿੰਨੀ ਆਬਾਦੀ ਆ ਪਿੰਡ ਦੀ? ਆਬਾਦੀ ਹੈਗੀ ਜੀ 750 ਵੋਟ ਆ ਜੀ ਸਾਡੇ ਪਿੰਡ ਦੀ। ਹਾਂ ਜੀ 1000 ਕੁ ਆਬਾਦੀ ਨਹੀਂ, ਵਧੀ ਘਟੀ ਨਹੀਂ ਜੀ, ਇਹ ਤਾਂ ਵੱਧ ਘੱਟ ਜਾਂਦੀ ਹੈ, ਵੱਧ ਹੀ ਨਹੀਂ ਹੈਗੀ ਜੀ। ਹਾਂ ਜੀ ਇਹ ਘੱਟਦੀ ਹੋ ਜਾਂਦੀ ਹੈ ਜੀ। ਜਿਹੜਾ ਸ਼ਰਾਬ ਦਿੱਤਾ ਉਹਦਾ ਹੀ ਆ? ਉਹਦਾ ਹੀ ਆ ਜੀ, ਸ਼ਰਾਬ ਮਿਲਿਆ ਜੀ ਪਿੰਡ ਨੂੰ ਜੀ। ਹਾਂ ਜੀ ਚਲੋ ਹੁਣ ਕਿਰਪਾ ਹੋ ਗਈ, ਬਾਣੀ ਦਾ ਪ੍ਰਭਾਵ ਹੋ ਗਿਆ, ਲੰਗਰਾਂ ਦੀ ਸੇਵਾ ਹੋ ਗਈ, ਹੋਰ ਹੋ ਗਈ, ਉਹਦੇ ਨਾਲ ਕਿਰਪਾ ਹੋਣ ਲੱਗ ਗਈ, ਕੁਛ ਫਰਕ ਪੈਣ ਲੱਗ ਗਿਆ ਜੀ। ਕੋਈ ਐਡਾ ਸਾਡੇ ਪਿੰਡ 'ਚ ਕੋਈ ਐਡੇ ਉਹ ਨਹੀਂ ਹੈਗਾ ਜੀ, ਜ਼ਿਆਦਾ ਵੀ ਤਕੜੇ ਲੋਕ ਨੇ, ਮੀਡੀਅਮ ਜੀ ਲੋਕ ਨੇ, ਵੀ ਜਿੰਨੀ ਕੁ ਸੇਵਾ ਹੁੰਦੀ ਆ ਉਨੀ ਕੁ ਸੇਵਾ ਕਰਦੇ ਨੇ ਜੀ। ਸਾਡੀ ਕੋਸ਼ਿਸ਼ ਆ ਵੀ ਇਹਦਾ ਵੱਧ ਤੋਂ ਵੱਧ ਇਤਿਹਾਸ ਖੋਲਿਆ ਜਾਵੇ, ਵੀ ਜਿਵੇਂ ਆਪਣੇ ਫਤਿਹਗੜ੍ਹ ਸਾਹਿਬ ਉੱਥੇ ਸ਼ਹੀਦੀ ਸਿੰਘਾਂ ਜੋੜ ਮੇਲੇ ਭਰਦੇ ਨੇ, ਵੀ ਇੱਥੇ ਸਿੰਘਾਂ ਸ਼ਹੀਦਾਂ ਦੇ ਜੋੜ ਮੇਲੇ ਭਰੇ ਜਾਣ, ਪਤਾ ਲੱਗੇ ਵੀ ਇੱਥੇ ਨਾਭੇ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਆ ਜੀ ਵਜੀਤਪੁਰ ਜੀ, ਇਹ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਜੀ ਇਸ ਚੀਜ਼ ਦਾ। ਇਸ ਮੌਕੇ ਪਿੰਡ ਦੇ ਵਜੀਤਪੁਰ ਦੇ ਵਾਸੀ ਸੇਵਾਦਾਰ ਅਮਰਜੀਤ ਸਿੰਘ ਨੇ ਵੀ ਮੌਕੇ 'ਤੇ ਸਾਰੀ ਗੱਲਬਾਤ ਦੱਸੀ ਹੈ। ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹ ਇਸ ਮਸਜਿਦ ਦੀ ਦੇਖ ਰੇਖ ਕਰਦੇ ਨੇ। ਇਹ ਪੁਰਾਣੀ ਮਸਜਿਦ ਹੈ ਵਜੀਦੇ ਖਾਂ ਦੇ ਟਾਈਮ ਦੀ। ਵਜੀਦੇ ਖਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥੋਂ ਹੱਥੀ ਇੱਟਾਂ ਫੜਾਈਆਂ, ਇੱਥੇ ਪਹੁੰਚਾਈਆਂ, ਬਣਵਾਈਆਂ, ਹਕੂਮਤ ਦਾ ਰਾਹ ਸੀ ਜੋ ਮਰਜ਼ੀ ਕਰ ਸਕਦੇ ਸੀਗੇ। ਇਸੇ ਵਜੀਦੇ ਖਾਂ ਨੇ ਹੀ ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ 'ਚ ਨੀਹਾਂ 'ਚ ਚਿਣਾਇਆ ਸੀਗਾ। ਇਹ ਉਹਦਾ ਸ਼ਹਿਰ ਹੈ, ਉਹਦਾ ਇੱਥੇ ਕਿਲ੍ਹਾ ਕੱਚਾ ਮੈਂ ਦੇਖਿਆ, ਆਪ ਦੇ ਅੱਖੀਂ ਦੇਖਿਆ। ਅਤੇ ਹੁਣ ਤਾਂ ਉੱਥੇ ਵੈਸੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ, ਉਹ ਕਿਲ੍ਹਾ ਢਹਿ ਢੂ ਗਿਆ। ਅਤੇ ਇਤਿਹਾਸ ਇਹਦਾ ਬਹੁਤ ਡੂੰਘਾ। ਇਹ ਸ਼ਹਿਰ ਸੀ ਵਜੀਦਾਬਾਦ, ਇਹ ਗਰਕ ਵੀ ਹੋ ਚੁੱਕਿਆ ਪਹਿਲਾਂ, ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ। ਥੱਲੋਂ ਪੱਟੋ ਤਾਂ ਸਰਹੰਦੀ ਇੱਟਾਂ ਨਿਕਲਣਗੀਆਂ, ਸਰਹੰਦੀ ਇੱਟਾਂ ਕਹਿੰਦੇ ਸਾਡੇ ਇੱਥੇ, ਕਿ ਘੁਮਾਰੂ ਵੀ ਕਹਿ ਦਿੰਦੇ ਨੇ। ਭਾਵ ਕਹਿਣ ਦਾ ਜਿੰਨਾ ਡੂੰਘਾ ਇਹਨੂੰ ਫਰੋਲਾਂਗੇ ਇਤਿਹਾਸ ਡੂੰਘਾ ਚਲਿਆ ਜਾਂਦਾ। ਇਹ ਜਿਹੜਾ ਜਰਨੈਲ ਸਿੰਘ ਹੈ ਜੀ ਆਪਣੇ ਕੋਲ ਖੜ੍ਹਾ, ਇਹਦਾ ਜਿਹੜਾ ਪੜਦਾਦਾ ਸੀ, ਦਾਦੇ ਦਾ ਵੀ ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਇਨਸਾਨ ਨੇ ਵੀ ਇੱਥੇ 25 ਪੈਸੇ ਦੇ ਕਰੀਬ ਹਿਸਾਬ ਨਾਲ ਦਿਹਾੜੀ ਕਰੀ ਹੈ। ਮੇਰੀ ਕੁਛ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿਤਾ ਜੀ ਨਾਲ, ਉਹ ਕਹਿੰਦਾ ਵੀ ਸਾਡੇ ਪੜਦਾਦੇ ਨੇ ਇੱਥੇ 25 ਪੈਸੇ ਦਿਹਾੜੀ ਕਰੀ ਹੈ। 6 ਨੇ ਮਿਸਤਰੀ ਨੂੰ ਦਿਆ ਕਰਦੇ ਸੀਗੇ ਅਤੇ 54 ਕਹਿੰਦੇ ਮਜ਼ਦੂਰ ਨੂੰ ਦਿਆ ਕਰਦੇ ਸੀ ਉਸ ਸਮੇਂ 'ਚ। ਅਤੇ ਇਹ ਇਤਿਹਾਸ ਜਿਹੜਾ ਹੈ, ਜਿੰਨਾ ਜਿੰਨਾ ਆਪਾਂ ਡੂੰਘਾ ਚਲੇ ਜਾਵਾਂਗੇ ਉਨਾ ਹੀ ਡੂੰਘਾ ਇਹਦਾ ਦਰਸਾਈ ਜਾਣਾ। ਇੱਥੇ ਜਿਹੜੇ ਸਾਡੇ ਲੋਕ ਸੀਗੇ ਪਾਕਿਸਤਾਨ 'ਚੋਂ ਆਏ ਹੋਏ, ਸਭ ਤੋਂ ਪਹਿਲਾਂ ਆ ਕੇ ਗੁਰੂ ਘਰ ਅਸੀਂ ਬਣਾਇਆ ਇਹ,
ਮਸਜਿਦ 'ਚ? ਹਾਂ, ਮਸਜਿਦ ਦੇ ਵਿੱਚ ਅਸੀਂ ਮਹਾਰਾਜ ਦੀ ਬੀਰ ਪ੍ਰਕਾਸ਼ ਕਰੀ। ਸਭ ਤੋਂ ਪਹਿਲਾਂ ਇੱਥੇ ਮੇਰੇ ਦਾਦਾ ਜੀ ਗ੍ਰੰਥੀ ਸੀ, ਉਸ ਤੋਂ ਬਾਅਦ ਮੇਰੇ ਪਿਤਾ ਜੀ ਮੇਹਰ ਸਿੰਘ ਗ੍ਰੰਥੀ ਸੀ, ਉਸ ਤੋਂ ਬਾਅਦ ਮੇਰਾ ਭਰਾ ਕਰਮਜੀਤ ਸਿੰਘ ਉਹ ਗ੍ਰੰਥੀ ਸੀ, ਅੱਜ ਕੱਲ੍ਹ ਸੇਵਾ ਅਮਰਜੀਤ ਸਿੰਘ ਜਿੱਥੇ ਕਰ ਰਹੇ ਨੇ। ਇਸ ਪਿੰਡ ਨੂੰ ਇਹ ਸ਼ਰਾਪ ਦਿੱਤਾ ਸੀ ਕਿ ਵੀ ਇਹ ਵਧੇਗਾ ਔਰ ਘਟੂਗਾ ਨਹੀਂ, ਵਧੂ ਔਰ ਘਟੂ ਨਹੀਂ, ਇੰਨਾ ਹੀ ਰਹੂਗਾ, ਜਿਵੇਂ ਹੈਗਾ ਜਿਉਂਦਾ ਤਿਉਂ ਰਹੂਗਾ। ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ, ਹੁਣ ਤਾਂ ਕੱਚੇ ਖਤਮ ਹੋ ਗਏ, ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ। ਪਿੰਡ ਵਧੀਆ ਠੀਕ ਹੈ, ਜਿਉਂ ਜਿਉਂ ਇੱਥੇ ਬਾਣੀ ਪੜ੍ਹੀ ਜਾਂਦੀ ਹੈ ਤਿਉਂ ਤਿਉਂ ਸੁਧਾਰ ਹੋਈ ਜਾਂਦਾ, ਕਿਉਂਕਿ ਜਿੰਨੀ ਸੰਗਤ ਆ ਸਾਡੇ ਨਗਰ ਦੀ ਸਾਰੀ ਗੁਰੂ ਘਰ ਨਾਲ ਜੁੜੀ ਹੋਈ ਹੈ। 1947 'ਚ ਇੱਥੇ ਪਿੰਡ ਵਸਿਆ ਸੀ? ਇਹ 1947 'ਚੋਂ ਅਸੀਂ ਆਏ ਸੀ, ਸ਼ਹਿਰ ਤਾਂ ਇਹ ਪਹਿਲਾਂ ਹੀ ਵਸਿਆ ਹੋਇਆ ਸੀਗਾ ਜੀ। ਜਿਹੜੇ ਸਾਡੇ ਰਿਫਿਊਜੀ ਲੋਕ ਸੀਗੇ 1947 'ਚ ਇੱਥੇ ਸਾਨੂੰ ਆ ਕੇ ਜੋ ਅਲਾਟਮੈਂਟਾਂ ਹੋਈਆਂ ਘਰਾਂ ਦੀਆਂ ਜਾਂ ਜਾਇਦਾਦਾਂ ਦੀਆਂ, ਇਹ ਪਿੰਡ 'ਚ ਹੋਈਆਂ ਸੀਗੀਆਂ। ਸਰਹੰਦੀ ਇੱਟਾਂ ਦਾ ਕੀ ਤੁਸੀਂ ਗੱਲ? ਸਰਹੰਦੀ ਇੱਟਾਂ ਦਾ ਇਹ ਹੈ ਜੀ, ਸਰਹੰਦੀ ਇੱਟਾਂ ਜੋ ਆਪਾਂ ਟੋਆ ਪੱਟਾਂਗੇ ਤਾਂ ਥੱਲੋਂ ਸਰਹੰਦੀ ਇੱਟਾਂ ਨਿਕਲਦੀਆਂ ਨੇ ਮਕਾਨਾਂ 'ਚੋਂ, ਹਜੇ ਵੀ ਮੇਰੇ ਕੋਲ ਘਰ ਹੈ ਉੱਟਿਆ ਹੋਇਆ, ਉਹ ਮੌਜੂਦ ਖੜ੍ਹਾ, ਤਾਂ ਉਹ ਥੱਲੋਂ ਸਰਹੰਦੀ ਇੱਟਾਂ ਹੀ ਨਿਕਲੇ, ਹਜੇ ਵੀ ਪਈਆਂ ਨੇ। ਪਿੱਛੇ ਕਿਲ੍ਹਾ ਸੀ ਉਹ ਸਰਹੰਦੀ ਇੱਟਾਂ ਦਾ ਸੀਗਾ, ਸਰਹੰਦੀ ਇੱਟਾਂ ਦਾ ਢਾ ਕੇ ਲੋਕਾਂ ਨੇ ਹੁਣ ਉੱਥੇ ਮਕਾਨ ਬਣਾ ਲਏ, ਆਪਦੀਆਂ ਆਪਦੀਆਂ ਕੋਠੀਆਂ ਪਾ ਲਈਆਂ, ਅਤੇ ਸਰਹੰਦੀ ਇੱਟ ਬਹੁਤ ਜ਼ਿਆਦਾ ਹੈ, ਹੁਣ ਵੀ ਜਦੋਂ ਪੱਟੋ ਤਾਂ ਸਰਹੰਦੀ ਇੱਟ ਹੀ ਨਿਕਲਦੀ ਹੈ। ਇਹ ਕਾਫੀ ਵੱਡਾ ਇਤਿਹਾਸ? ਹਾਂਜੀ, ਇਤਿਹਾਸ ਇਹ ਸ਼ਹਿਰ ਸੀ ਜੀ ਬੜਾ ਵੱਡਾ, ਇਹ ਇਤਿਹਾਸ ਐਡਾ ਡੂੰਘਾ ਕਿ ਸ਼ਹਿਰ ਬਹੁਤ ਵੱਡਾ ਸੀ ਇੱਥੋਂ। ਹਾਂ, ਇਹ ਜਦੋਂ ਗਰਕ ਹੋ ਗਿਆ ਤਾਂ ਇਹ ਹਜੇ ਵੀ ਬਾਹਰੋਂ ਖੇਤਾਂ 'ਚੋਂ ਸਰਹੰਦੀ ਇੱਟਾਂ ਹੋਜਵੀਂ ਨਿਕਲਦੀਆਂ ਨੇ। ਇੱਥੇ ਬਕਾਇਦਾ ਪਿੰਡ ਦੇ ਵਿੱਚ ਪਰਲੇ ਪਾਸੇ ਇੱਕ ਮਸੀਤਾਂ ਵੱਜੀਆਂ ਸੀਗੀਆਂ, ਉਹ ਵੀ ਮੈਂ ਦੇਖੀਆਂ ਨੇ। ਇੱਥੇ ਇੱਕ ਕੰਜਰੀ ਦੀ ਸਮਾਧ ਸੀਗੀ, ਉਹ ਵੀ ਮੈਂ ਦੇਖੀ ਹੈ। ਇਤਿਹਾਸ 'ਚ ਬਸ ਇਹੀ ਬਚਿਆ? ਇਤਿਹਾਸ 'ਚ ਬਸ ਇਹੀ ਬਚਿਆ ਜਿਹੜਾ ਅਸੀਂ ਸਾਂਭ ਸੰਭਾਲ ਇਹਦਾ ਕਰ ਰਹੇ ਹਾਂ। ਮਸੀਤ ਦਾ ਅਸੀਂ ਰੰਗ ਰੋਗਨ ਕਰਾਉਂਦੇ ਹਾਂ, ਜਿੱਥੋਂ ਕਿਤੇ ਗਿਰ ਜਾਂਦੀ ਹੈ ਉੱਥੇ ਇੱਟਾਂ ਲਾ ਕੇ ਅਸੀਂ ਸਰਹੰਦੀ ਇੱਟਾਂ ਹੀ। ਹਾਂਜੀ, ਪਰ ਸਾਡੇ ਪਿੰਡ ਹੈ ਨਹੀਂ ਮੁਸਲਮਾਨ ਇੱਥੇ ਕੋਈ, ਸਾਨੂੰ ਇਹ ਸਾਰਾ ਜਿਹੜਾ ਦੇਖ ਰੇਖ ਹੈ ਇਹ ਗੁਰੂ ਮਹਾਰਾਜ ਦੇ ਬਚਨ ਨੇ, ਉਹਨਾਂ 'ਤੇ ਅਸੀਂ ਚੱਲ ਰਹੇ ਹਾਂ ਜੀ। ਉਸ ਵਕਤ ਦੀਆਂ ਜਿਸ ਟਾਈਮ ਕਿ ਵਜੀਦੇ ਖਾਂ ਦਾ ਰਾਜ ਸੀਗਾ, ਵਜੀਦੇ ਖਾਂ ਨੇ ਇੱਥੇ ਬਣਵਾਈ ਸੀ, ਵਜੀਦੇ ਖਾਂ ਨੇ ਇਹ ਮਸਜਿਦ ਆਪ ਮੱਥਾ ਟੇਕਿਆ ਕਰਦਾ ਸੀ, ਕਿਲ੍ਹੇ 'ਚ ਮਤਲਬ ਇਤਿਹਾਸ ਦੱਸਦਾ ਰਹਿੰਦੇ ਸੀ। ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਕਰਦੇ ਹਾਂ ਜੀ, ਇੱਧਰ ਧਿਆਨ ਦਿੱਤਾ ਜਾਵੇ ਇਹਦੇ ਕਨੀ, ਵੀ ਜੇ ਅਗਰ ਕੋਈ ਇਤਿਹਾਸ ਫਰੋਲਿਆ ਜਾਵੇ ਤਾਂ ਇਹਦਾ ਕੋਈ ਹੋਰ ਡੂੰਘਾ ਇਤਿਹਾਸ ਨਿਕਲ ਸਕਦਾ, ਅਤੇ ਜੋ ਇੰਨੀ ਕੁ ਸਾਡੇ ਤੋਂ ਕੋਸ਼ਿਸ਼ ਹੋਈ ਅਸੀਂ ਤਾਂ ਸੰਭਾਲ ਕਰ ਹੀ ਰਹੇ ਹਾਂ। ਇਹਦਾ ਇਤਿਹਾਸ ਪੁਰਾਣੇ ਦੱਸਦੇ ਨੇ ਜੀ, ਇਹ ਕਹਿੰਦੇ ਵਜੀਦਾ ਖਾਨ ਅਤੇ ਜਿਹੜਾ ਸਰਹੰਦ ਦਾ ਨਵਾਬ ਆ ਉਸ ਦਾ ਇਹ ਸ਼ਹਿਰ ਤੇ, ਅਤੇ ਇਸ ਦੇ ਚਾਰ ਦਰਵਾਜ਼ੇ ਸੀ ਅਤੇ ਬਹੁਤ ਵੱਡਾ ਇਹਦਾ ਨਾਂ ਪਹਿਲਾਂ ਵਜੀਦਾਬਾਦ ਤੇ, ਤੋ ਜੋ ਹੌਲੀ ਹੌਲੀ ਪੈ ਕੇ ਇਹਦਾ ਨਾਂ ਵਜੀਦਪੁਰ ਪੈ ਗਿਆ ਪਿੰਡ ਦਾ ਨਾਂ। ਜੋ ਮਸਜਿਦ ਆ ਉਹਨੇ ਸਰਹੰਦ ਤੋਂ ਲੈ ਕੇ ਇਤਨੀ ਹਕੂਮਤ ਦਾ ਰਾਜ ਤੀ, ਅਤੇ ਉਹਨੇ ਆਪਣੇ ਇੱਟਾਂ ਜੋ ਫੜਾਈਆਂ ਨਾ ਇੱਕ ਦੂਜੇ ਨੂੰ ਹੱਥੀਂ ਫੜਾ ਕੇ 40 ਕਿਲੋਮੀਟਰ ਦਾ ਪਿੰਡ ਤੈਅ ਕੀਤਾ ਸੀ। ਕੋਈ ਬੇਟ ਇਹ ਨਹੀਂ ਹੈਗਾ ਵੀ ਕੋਈ ਹੇਠਾਂ ਰੱਖ ਦੂਗਾ, ਇਸ ਕਰਕੇ ਨਾ ਇਹਦੀ ਮਤਲਬ ਸਾਰੀ ਇਸ ਹਿਸਾਬ ਨਾਲ ਹੋਈ ਆ ਵੀ, ਕਿਉਂਕਿ ਇੱਟਾਂ ਤਾਂ ਛੋਟੀਆਂ ਤੀਆਂ ਅਤੇ ਟਾਈਮ ਬਹੁਤ ਲੱਗਿਆ ਸੀ ਇਸ ਨੂੰ, ਅਤੇ ਇਸ ਦਾ ਮਤਲਬ 4 ਕਿਲ੍ਹੇ 'ਤੇ ਜੋ ਅੱਜ ਵੀ ਕਿਲ੍ਹਾ ਦੇ ਨਾਂ 'ਤੇ ਮੌਜੂਦ ਨੇ, ਅਤੇ ਬਾਕੀ ਸਰੋਵਰ ਬਣਿਆ ਅਤੇ ਉਸ ਦਾ ਬਾਕੀ ਸਮਝ ਲਓ ਇਹ ਪੁਰਾਣਾ ਇਤਿਹਾਸਿਕ ਸ਼ਹਿਰ ਆ। ਉਹ ਬੱਚੇ ਛੋਟੇ ਤੋਂ ਜੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਨੀਹਾਂ ਸ਼ਹੀਦ ਕੀਤਾ ਸੀ, ਅਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਇਹ ਤੱਕ ਕੇ ਉਹਦੇ ਨਗਰ ਨੂੰ ਸ਼ਰਾਫ ਦਿੱਤਾ ਸੀ ਵੀ ਵਜੀਦਿਆ ਤੇਰਾ ਸ਼ਹਿਰ ਵਧੂਗਾ ਨਹੀਂ ਅਤੇ ਘਟੂਗਾ, ਇਸ ਕਰਕੇ ਅੱਜ ਇਹਦਾ ਪਿੰਡ ਦੇ ਨਾਂ 'ਤੇ ਰਹਿ ਗਿਆ ਇਹ ਪਿੰਡ। ਉਹ ਤੋਂ ਬਾਅਦ ਵਧੀਆ ਘਟਿਆ ਨਹੀਂ ਉੱਥੇ ਨਾ ਘਟ ਰਿਹਾ ਜੀ, ਦਿਨੋਂ ਦਿਨ ਘਟ ਰਿਹਾ। ਹਾਂਜੀ, ਵੱਧ ਨਹੀਂ ਰਿਹਾ? ਨਾ, ਵੱਧ ਨਹੀਂ ਰਿਹਾ ਜੀ। ਵਜੀਦਾ ਖਾਂ ਇੱਥੇ ਰਹਿੰਦਾ ਸੀ? ਉਹਨੂੰ ਵਜੀਦਾ ਖਾਂ ਕਿਲ੍ਹਾ ਸੀ ਉਹਦਾ? ਕਿਲ੍ਹਾ ਸੀ ਉਹਦਾ। ਹਾਂਜੀ, ਇਹ ਫਿਰ ਬਾਅਦ 'ਚ ਨਾ ਪਿੰਡ ਵਾਸੀਆਂ ਨੇ ਇਕੱਠੇ ਹੋ ਗਏ ਅਤੇ ਮਹਾਰਾਜ ਪ੍ਰਕਾਸ਼ ਕਰ ਲਿਆ, ਫਿਰ ਕਈ ਸਾਲ
ਮਾਰਿਆ ਪ੍ਰਕਾਸ਼ ਰਿਹਾ ਤੇ ਹੁਣ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵਾਂ ਇਮਾਰਤ ਤਿਆਰ ਕਰਕੇ ਉੱਧਰ ਪ੍ਰਕਾਸ਼ ਕਰਤਾ ਜੀ। ਤੁਸੀਂ ਦੇਖਿਆ ਕਿ ਇੱਕ ਅਨੋਖਾ ਇਤਿਹਾਸ ਇਸ ਮਸਜਿਦ ਦੇ ਨਾਲ ਅਤੇ ਇਸ ਪਿੰਡ ਦੇ ਨਾਲ ਜੁੜਿਆ ਹੋਇਆ ਅਤੇ ਨਾਲ ਹੀ ਇਸ ਪਿੰਡ ਦੇ ਲੋਕਾਂ ਦੀ ਸਰਕਾਰ ਨੂੰ ਅਪੀਲ ਹੈ ਅਤੇ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਹੈ ਕਿ ਉਹ ਇਸ ਇਤਿਹਾਸ ਨੂੰ ਸੰਭਾਲ ਕੇ ਰੱਖਣ।